YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮਹਿਕਮਾ ਚੈਨਲ ਤੇ ਸਵਾਗਤ ਹੈ ਜੀ। ਤੇ ਵੀਰੋ, ਖੇਤੀਬਾੜੀ ਦੇ ਨਾਲ ਨਾਲ ਜਿਹੜੀ ਆ ਮੌਸਮ ਸੰਬੰਧੀ ਜਿਹੜੀ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ, ਤਾਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੂਰੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਭਾਰੀ ਬਾਰਿਸ਼ ਦੀ ਉਮੀਦ ਜਤਾਈ ਜਾ ਰਹੀ ਆ। ਤੇ ਤੁਸੀਂ ਦੇਖ ਸਕਦੇ ਆ ਜੀ, ਆ ਮੋਗੇ ਜ਼ਿਲ੍ਹੇ ਤੋਂ ਵੀਡੀਓ ਸ਼ੂਟ ਕਰ ਰਹੇ ਆ, ਤਾਂ ਪੂਰੇ ਜਿਹੜਾ ਚਾਰੇ ਪਾਸੇ ਜੀ ਬੱਦਲ ਦੀ ਜਿਹੜੀ ਚਾਦਰ ਵਿਛ ਚੁੱਕੀ ਆ। ਅਤੇ ਜਿਹੜੀ ਅੱਜ ਰਾਤ ਤੋਂ ਪੂਰੇ ਪੰਜਾਬ 'ਚ ਬਾਰਿਸ਼ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਅਤੇ ਹੁਣੇ ਸਾਨੂੰ ਕੁਝ ਖਬਰਾਂ ਮਿਲੀਆਂ ਕਿ ਅੰਮ੍ਰਿਤਸਰ ਏਰੀਏ 'ਚ, ਮਾਝੇ ਏਰੀਏ 'ਚ ਜਿਹੜੀ ਕਾਰਵਾਈ ਸ਼ੁਰੂ ਹੋ ਗਈ ਆ। ਅਤੇ ਇਸੇ ਤਰ੍ਹਾਂ ਹੀ ਅੱਜ ਰਾਤ ਨੂੰ ਵੀ ਸਾਰੇ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਕਾਰਵਾਈ ਜਿਹੜੀ ਹੋਵੇਗੀ। ਅਤੇ ਉਹਦੇ ਨਾਲ ਨਾਲ ਜਿਹੜੀਆਂ ਤੇਜ਼ ਹਵਾਵਾਂ ਵੀ ਜਿਹੜੀਆਂ ਚੱਲਣਗੀਆਂ। ਅਤੇ ਬਾਕੀ ਜੇ ਗੱਲ ਕੀਤੀ ਜਾਵੇ ਗੜਿਆਂ ਦੀ, ਤਾਂ ਕੁਝ ਏਰੀਆ ਦੇ ਵਿੱਚ ਹਲਕੀ ਗੜੇਮਾਰੀ ਹੋ ਸਕਦੀ ਆ। ਅਤੇ ਇਹ ਵੀ ਜ਼ਰੂਰ ਜਿਹੜੀ ਆ ਇੱਕ ਚਿੰਤਾਜਨਕ ਗੱਲ ਹੈਗੀ ਆ ਕਿਸਾਨ ਵੀਰਾਂ ਲਈ। ਅਤੇ ਬਾਕੀ ਜੇਕਰ ਤੁਸੀਂ ਆਪਦੇ ਏਰੀਏ ਦੇ ਮੌਸਮ ਦਾ ਹਾਲ ਵਿਸਤਾਰ 'ਚ ਜਾਣਨਾ ਚਾਹੁੰਦੇ ਆ, ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਦਾ ਪਿੰਡ, ਸ਼ਹਿਰ, ਏਰੀਆ ਲਿਖੋ ਜ਼ਰੂਰ, ਅਤੇ ਕਮੈਂਟ ਕਰੋ। ਅਤੇ ਤੁਹਾਨੂੰ ਅਸੀਂ ਜਿਹੜੀ ਆ ਸਹੀ ਤੁਹਾਡੇ ਏਰੀਏ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸ਼ਹਿਰ 'ਚ, ਤੁਹਾਡੇ ਏਰੀਏ ਦੇ ਵਿੱਚ ਜਿਹੜੀ ਆ ਕਿੰਨਾ ਕੁ ਬਾਰਿਸ਼ ਹੋਵੇਗੀ, ਕਿੰਨੀ ਕੁ ਜਿਹੜੀ ਆ ਤੇਜ਼ ਹਵਾ ਚੱਲਣ ਦੀ ਉਮੀਦ ਹੈਗੀ ਆ। ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਨੀਚੇ ਕਮੈਂਟ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਜ਼ਰੂਰ ਕਰੋ, ਅਤੇ ਕਮੈਂਟ ਬਾਕਸ ਵਿੱਚ ਆਪਦਾ ਸੁਝਾਅ ਵੀ ਜ਼ਰੂਰ ਦਿਓ ਜਾਂਦੀ ਆ। ਅਤੇ ਇਸੇ ਤਰ੍ਹਾਂ ਹੀ ਤੁਸੀਂ ਲਾਈਕ, ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਵੀ ਕਰੋ। ਅਤੇ ਜਿਹੜਾ ਵੀ ਤੁਸੀਂ ਆਪਦੇ ਏਰੀਏ ਦਾ ਹਾਲ ਜਾਣਨਾ ਚਾਹੁੰਦੇ ਆ, ਤਾਂ ਬਾਰਿਸ਼ ਦੀ ਅਪਡੇਟ 24 ਘੰਟਿਆਂ ਦੀ ਤੁਹਾਨੂੰ ਹੋਰ ਵਿਸਤਾਰ 'ਚ ਦਈਏ। ਅਤੇ ਇਹ ਆ ਪੂਰੇ ਪੰਜਾਬ 'ਚ ਜਿਹੜੀ ਆ ਆਉਣ ਵਾਲੇ 24 ਘੰਟਿਆਂ ਜਿਹੜੀ ਬਾਰਿਸ਼ ਹੋਏਗੀ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਹੀ ਜਿਹੜਾ ਇਹ ਸਿਲਸਿਲਾ ਚੱਲੇਗਾ, ਪੂਰੇ ਪੰਜਾਬ 'ਚ ਹਲਕੀ ਦਰਮਿਆਨੀ ਬਾਰਿਸ਼ ਜਿਹੜੀ ਹੋਵੇਗੀ। ਅਤੇ ਬਾਕੀ ਜੇ ਗੱਲ ਕੀਤੀ ਜਾਵੇ ਹਰਿਆਣਾ ਸਟੇਟ ਦੀ, ਤਾਂ ਉੱਥੇ ਜਿਹੜੀ ਆ ਬਾਰਿਸ਼ ਦੀ ਜਿਹੜੀ ਕਾਰਵਾਈ ਆ ਪਿਛਲੀਆਂ ਕਾਰਵਾਈਆਂ ਦੇ ਮੁਕਾਬਲੇ ਕੁਝ ਜ਼ਿਆਦਾ ਹੋਏਗੀ। ਹਾਲਾਂਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ, ਪਰ ਕੁਝ ਏਰੀਆ ਦੇ ਵਿੱਚ ਭਾਰੀ ਬਾਰਿਸ਼ ਤੋਂ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਇਹ ਜਿਹੜੀ ਬਾਰਿਸ਼ ਆ ਮਾਝੇ ਏਰੀਏ ਦੇ ਵਿੱਚ ਅਤੇ ਮਾਲਵੇ ਦੇ ਵਿੱਚ ਜਿਹੜੀ ਆ ਪਟਿਆਲਾ, ਮਾਨਸਾ ਇਹਨਾਂ ਏਰੀਆ ਦੇ ਵਿੱਚ, ਸੁਨਾਮ 'ਚ ਜਾਂ ਚੰਡੀਗੜ੍ਹ 'ਚ ਜਿਹੜੀ ਆ ਜ਼ਿਆਦਾ ਬਾਰਿਸ਼ ਹੋਣ ਦੀ ਉਮੀਦ ਆ ਬਾਕੀ ਏਰੀਆ ਨਾਲੋਂ। ਅਤੇ ਹਾਲਾਂਕਿ ਬਾਕੀ ਸਾਰੇ ਪੰਜਾਬ 'ਚ ਜਿਹੜੀ ਆ ਹਲਕੀ ਬੂੰਦਾਬਾਂਦੀ ਜ਼ਰੂਰ ਹੋਵੇਗੀ, ਕਿਤੇ ਨਾ ਕਿਤੇ, ਕਿਤੇ ਵੱਧ ਹੋਏਗੀ, ਕਿਤੇ ਘੱਟ ਹੋਏਗੀ। ਅਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਿਹੜੀ ਆ ਸਹੀ ਜਾਣਕਾਰੀ ਪਹਿਲਾਂ ਜਲਦੀ ਮਿਲ ਸਕੇ। ਅਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਜੇਕਰ ਕੋਈ ਵੀ ਸਾਡੇ ਵੱਲੋਂ ਕੋਈ ਵੀਡੀਓ ਦੇ ਵਿੱਚ ਤੁਹਾਨੂੰ ਕਮੀ ਪੇਸ਼ੀ ਨਜ਼ਰ ਆਉਂਦੀ ਆ, ਤਾਂ ਨੀਚੇ ਕਮੈਂਟ ਦੇ ਵਿੱਚ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਜੋ ਆਉਣ ਵਾਲੀਆਂ ਵੀਡੀਓ 'ਚ ਅਸੀਂ ਜਿਹੜਾ ਹੋਰ ਵੀ ਜ਼ਿਆਦਾ ਸੁਧਾਰ ਕਰਕੇ ਜਿਹੜੀ ਲਿਆ ਸਕੀਏ। ਅਤੇ ਧੰਨਵਾਦ ਜੀ।